ਅਸੀਂ ਸਰਕਾਰ ਨੂੰ ਬੇਨਤੀ ਕਰਨ ਵਾਸਤੇ ਆਏ ਜੇ ਸਾਡੀ ਬੇਨਤੀ ਨਾ ਮੰਨੀ ਗਈ ਫਿਰ ਅਸੀਂ ਹੁਕਮ ਚਾੜਾਂਗੇ ਅਸੀਂ ਕੁੱਟਾਂਗੇ ਸਾਰਿਆਂ ਨੂੰ ਫਿਰ ਸਾਡੇ ਸੂਤ ਆ ਗਿਆ कर दोस्तों आरबीआई मीडिया में आपका स्वागत अपडेट फाजिल का जारी है। फाजिल का में आज पल्लेदारों ने रोष मार्च निकाला, डीसी दफ्तर के बाहर प्रदर्शन किया गया। कामरेड बख्तावर सिंह की अगुवाई में यह रोष मार्च निकाला गया जो कि नई आबादी स्थित यूनियन के कार्यालय से शुरू होकर शहर के बाजारों से होता हुआ डीसी कार्यालय पहुंचा। शहर में पल्लेदारों द्वारा सरकार के खिलाफ मुर्दाबाद के नारे लगाए गए, जिस प्रकार से यहाँ पर पल्लेदारों द्वारा रोष मार्च निकाला जा रहा है। फाजिलका की डीसी कॉम्प्लेक्स के बाहर पल्लेदारों द्वारा अपनी मांगों के समर्थन में प्रदर्शन किया गया। एक पास से बड़ी संख्या में पल्लेदार सड़कों पर उतरे हैं, इनके द्वारा अपनी मांगे पूरी करवाने के लिए रोष मार्च निकाला जा रहा है। इनका कहना है कि अगर इनकी मांगे जल्द नहीं मानेगी तो ये उग्र प्रदर्शन करेंगे। एक पास से यहाँ पर रोज जाया जा रहा, आपको लाइव कवरेज दिखा रहा हूं, बने रहे हमारे साथ, देखते रहे हमारा चैनल। ਸਾਡੇ ਕੰਮ ਤੇ ਕੀਤੀ ਪੇਮੈਂਟ ਸਰਕਾਰ ਕਰਨੀ ਤਿੰਨ ਦਿਨ ਮਿਲੇ ਹੋ ਗਏ ਸਾਡੀ ਪੇਮੈਂਟ ਲੁਕੀ ਔਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਬਰਗਰ ਮਿਹਨਤ ਬਣਾ ਕੇ ਤੁਹਾਨੂੰ ਸਿੱਧਾ ਭੁਗਤਾਨ ਕਰਾ ਸੀ ਉਹ ਨਹੀਂ ਕਰਿਆ। ਇਹਦੇ ਲਈ ਅਸੀਂ ਅੱਜ ਪਰ ਅਮਨ ਪ੍ਰੋਟੈਸਟ ਕਰ ਰਹੇ ਹਾਂ, ਨਾਲ ਚੇਤਾਵਨੀ ਵੀ ਹੈ ਸਰਕਾਰ ਨੂੰ ਕਿ ਅਸੀਂ ਪਰ ਅਮਨ ਵੀ ਕਰ ਰਹੇ ਹਾਂ ਅਤੇ ਅਸੀਂ ਸਭ ਕੁਝ ਜਾਣਦੇ ਵੀ ਹਾਂ। ਜੇ ਸਰਕਾਰ ਨੇ ਨਾ ਮੰਨਿਆ ਸਾਡੀਆਂ ਮੰਗਾਂ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਧਿੱਕੇ ਸਵਾਗਤ ਕਰ ਰਹੇ ਜਿਹਦੀ ਜ਼ਿੰਮੇ ਸਰਕਾਰ ਦੀ ਹੋਵੇਗੀ। ਅਸੀਂ ਕੁਛ ਵੀ ਕਰ ਸਕਦੇ ਹਾਂ, ਕੁਛ ਦਾ ਮਤਲਬ ਸਮਝਿਆ ਤੁਸੀਂ ਨਾ, ਅਸੀਂ ਐਕਸ਼ਨ ਸਖਤ ਕਰਾਂਗੇ ਕਿਉਂਕਿ ਸਾਡੇ ਰੇਟ ਘਟਾ ਦਿੱਤੇ ਨੇ ਸਰਕਾਰ ਨੇ। ਜਿਹੜੇ ਅਸੀਂ 3 ਰੁਪਏ ਗੱਟਾ ਲੈਂਦੇ ਸੀ ਸਾਨੂੰ 2 ਰੁਪਈਏ ਦੇ ਚੁਕਾ ਰਹੀ ਸਰਕਾਰ, ਉਹਦੀ ਪੇਮੈਂਟ ਨਹੀਂ ਕਰ ਰਹੀ ਅਤੇ ਆਪ ਐਸ਼ ਕਰ ਰਹੇ ਨੇ। ਹੈ ਸਰਕਾਰ ਫਸਲ ਉਠਾਈ ਜਾ ਰਹੀ ਕਿਰਤੀਆਂ ਦੇ, ਇਹਦੇ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਨ ਵਾਸਤੇ ਆਏ ਜੇ ਸਾਡੀ ਬੇਨਤੀ ਨਾ ਮੰਨੀ ਗਈ ਫਿਰ ਅਸੀਂ ਹੁਕਮ ਚਾੜਾਂਗੇ ਅਸੀਂ ਕੁੱਟਾਂਗੇ ਸਾਰਿਆਂ ਨੂੰ ਫਿਰ ਸਾਡੇ ਸੂਤ ਆ ਗਿਆ। ਡੀ ਹੋਵੇ, DFSC ਹੋਵੇ, ਮੁੱਖ ਮੰਤਰੀ ਹੋਵੇ, ਕੋਈ ਹੋਵੇ, ਅਸੀਂ ਉਹਨੂੰ ਘੇਰਾਂਗੇ। ਘੇਰਨ ਦਾ ਮਤਲਬ, ਕੁੱਟਣ ਦਾ ਮਤਲਬ ਇਹੀ ਹੈ, ਅਸੀਂ ਉਹਨਾਂ ਦੇ ਘੇਰਾਬੰਦੀ ਕਰਾਂਗੇ। ਇਹਨਾਂ ਦੇ MLA ਹੋਣ, ਇਹਨਾਂ ਦੇ MP ਹੋਣ, ਇਹਨਾਂ ਦੇ ਕਹਿੰਦੇ ਜਗਰਾਤੇ ਕਰਾਂਗੇ ਕਿਉਂਕਿ ਵੋਟਾਂ ਸਾਡੀਆਂ ਲੈ ਕੇ ਅਤੇ ਸਾਡੇ ਨਾਲ ਕਾਲਾ ਖਿਲਾਫੀ ਕੀਤੀ ਇਹਨਾਂ ਨੇ। ਸੁਣਨ ਨੂੰ ਤਿਆਰ ਨਹੀਂ ਸਾਡੀ ਗੱਲ, ਅਸੀਂ ਕਿਰਤੀ ਲੋਕ ਹੈ, ਕੰਮ ਕਰਨ ਵਾਲੇ ਲੋਕ ਹੈ, ਮਿਹਨਤ ਕਰਨ ਵਾਲੇ ਲੋਕ ਹੈ, ਅਸੀਂ ਮਿਹਨਤ ਕਰਕੇ ਆਪਣਾ ਜਿਹੜਾ ਜੁਰਾ ਕਰਦੇ ਹਾਂ। ਰੇਟ ਵੀ ਘਟਾ ਦੇ, ਪੈਸੇ ਵੀ ਨਹੀਂ ਤਾਂ ਫਿਰ ਇਹਨਾਂ ਦਾ ਕੋਈ MLA ਆ ਜਾਵੇ, ਕੋਈ ਮਿਨਿਸਟਰ ਆ ਜਾਵੇ, ਇਹਨਾਂ ਦਾ DC ਆ ਜਾਵੇ, DFSC ਆ ਜਾਵੇ, ਅਸੀਂ ਉਹਨਾਂ ਦੇ ਖਿਲਾਫ ਬਿਲਕੁਲ ਐਕਸ਼ਨ ਕਰਾਂਗੇ ਤਿੱਖੇ। ਅੱਜ ਸਾਡਾ ਪੀਸਫੁੱਲ, ਅਸੀਂ ਅੱਜ ਇਮਾਨਦਾਰੀ ਦੇ ਨਾਲ ਪਰ ਅਮਲ ਕਰਾਂਗੇ। ਪਰ ਜੇ ਸਰਕਾਰ ਨੇ ਨਾ ਮੰਨਿਆ ਸਾਡੀਆਂ ਮੰਗਾਂ ਤਾਂ ਬਈ ਅਸੀਂ ਆਉਣ ਵਾਲਾ ਅਫਸਰ ਹੈ ਉਹ ਸਾਡੇ ਦੇ ਜੋ ਸਰਕਾਰ ਮਰਜ਼ੀ ਦਾਬਤਾ ਲਾ, ਅਸੀਂ ਬਿਲਕੁਲ ਡਟ ਕੇ ਲੜਾਂਗੇ ਸਰਕਾਰ ਦੇ ਖਿਲਾਫ਼। ਜੈ ਹਿੰਦ।